ਜਾਣਾ ਫਿਰ ਪਾਸ ਯਾਦ ਕਰਾ ਕਰਾਂਗੇ ਵੀ ਅਕੈਡਮੀ ਦੀਆਂ ਉਹ ਗੱਲਾਂ ਨੇ ਜਦੋਂ ਜਾਵਾਂਗੇ ਗੋਰੇ ਨਾਲ ਸੁਣਿਓ ਜੋ ਗਾਉਣ ਲੱਗਿਆ ਕੱਲ ਮੈਂ ਸਕੂਲ ਟਾਈਮ ਦੀ ਸੁਣਾਉਣ ਲੱਗਿਆ ਉਹ ਜਦੋਂ ਕਿਤੇ ਜ਼ਿੰਦਗੀ ਦਾ ਇਤਿਹਾਸ ਖੁੱਲਣਾ ਅਕੈਡਮੀ ਦਾ ਸਫ਼ਰ ਕਦੇ ਨੀ ਭੁੱਲਣਾ ਉਹ ਚਾਰ ਕੁ ਪੁਰਾਣੇ ਬਾਕੀ ਨਵੇਂ ਯਾਰ ਸੀ ਮੈਂ ਕਿਹਾ ਮੁੱਛਾਂ ਦੇ ਸ਼ਕੀਨ ਸਾਰੇ ਸਰਦਾਰ ਸੀ ਉਹ ਜੂਨੀਅਰ ਸੀਨੀਅਰ ਨਾਲ ਯਾਰੀ ਸੀ ਕਿਹੜੀ ਕਿਹਦੇ ਨਾਲ ਸੈੱਟ ਸਾਰੀ ਜਾਣਕਾਰੀ ਸੀ ਪੈਸੇ ਵੱਲੋਂ ਭਾਵੇਂ ਹੱਥ ਰਹਿੰਦੇ ਟੈਟ ਸੀ ਉਹ ਧੱਕੇ ਨਾਲ ਢਾਬੇ ਉੱਤੇ ਜਾਂਦੇ ਬੈਠ ਸੀ ਸਕੂਲ ਦੀ ਕੰਟੀਨ ਤੇ ਜਿੰਨਾ ਵੀ ਦਾਰ ਸੀ ਉਹ ਲਵ ਜੇ ਯਾਰ ਮੈਂ ਕਹਿ ਦਿੰਦੇ ਤਾਰ ਸੀ ਪੀਤੀਆਂ ਸੀ ਚਾਵਾਂ ਨਾਲੇ ਧੁੱਪਾਂ ਸੇਕੀਆਂ ਮਾਰ ਮਾਰ ਬੰਕ ਬਹੁਤ ਫਿਲਮਾਂ ਵੇਖੀਆਂ ਉਹ ਪੀਤੀਆਂ ਸੀ ਚਾਵਾਂ ਨਾਲੇ ਧੁੱਪਾਂ ਸੇਕੀਆਂ ਮਾਰ ਮਾਰ ਬੰਕ ਬਹੁਤ ਫਿਲਮਾਂ ਵੇਖੀਆਂ ਵੀਕ ਵਿੱਚ ਚਾਰ ਦਿਨ ਸੀ ਸਕੂਲੇ ਵੜਦੇ ਕਿਤੇ ਪਹੁੰਚ ਜੇ ਨਾ ਫੋਨ ਕਰੇ ਰਹਿੰਦੇ ਡਰਦੇ ਉਹ ਬੱਲੂ ਸਾਡਾ ਯਾਰ ਨਿੱਕਾ ਜਿਹਾ ਕੱਦ ਸੀ ਸੰਧੂ ਸਾਡਾ ਯਾਰ ਨਿੱਕਾ ਜਿਹਾ ਕੱਦ ਸੀ ਉਹ ਨਕਲਾਂ ਵਾਲੇ ਵੀ ਯਾਰੋ ਕੱਢਦਾ ਉਹ ਵੱਟ ਸੀ ਫੜੇ ਜਾਂਦੇ ਆਈ ਕਾਟ ਖੋ ਹੁੰਦੇ ਸੀ ਫਿਰ ਵੱਡੇ ਬਾਈ ਬਣਦੇ ਪਿਓ ਹੁੰਦੇ ਸੀ ਫੜੇ ਜਾਂਦੇ ਆਈ ਕਾਟ ਖੋ ਹੁੰਦੇ ਸੀ ਫਿਰ ਵੱਡੇ ਬਾਈ ਬਣਦੇ ਪਿਓ ਹੁੰਦੇ ਸੀ ਪ੍ਰਿੰਸੀਪਲ ਅੱਗੇ ਸੀਗੇ ਹਾਮੀ ਭਰਦੇ ਛੱਡਦੇ ਉਹ ਹੋਣੇ ਅੱਗੇ ਤੌਣੀ ਕਰਦੇ ਪ੍ਰਿੰਸੀਪਲ ਅੱਗੇ ਸੀਗੇ ਹਾਮੀ ਭਰਦੇ ਛੱਡਦੇ ਉਹ ਹੋਣੇ ਅੱਗੇ ਤੌਣੀ ਨਾਰਾ ਨਾਲੋਂ ਵੱਧ ਯਾਰਾਂ ਚ ਰੁਝਾਨ ਸੀ ਇਸੇ ਗੱਲੋਂ ਸਾਨੂੰ ਇੱਕ ਦੂਜੇ ਉੱਤੇ ਮਾਣ ਸੀ ਉਹ ਨਾਰਾ ਨਾਲੋਂ ਵੱਧ ਯਾਰਾਂ ਚ ਰੁਝਾਨ ਸੀ ਇਸੇ ਗੱਲੋਂ ਇੱਕ ਦੂਜੇ ਉੱਤੇ ਮਾਣ ਸੀ ਆਪਸ ਚ ਕਦੇ ਨਾ ਲੜਾਈ ਹੁੰਦੀ ਸੀ ਉਹ ਯਾਰਾਂ ਇੰਨੀ ਕੁ ਤਾਂ ਜੁਲਟੀ ਬਣਾਈ ਹੁੰਦੀ ਸੀ ਸੇਖੋਂ ਉਦੋਂ ਲਾਉਂਦਾ ਸੀਗਾ ਅੰਬਰੀ ਉਡਾਰੀਆਂ ਸੇਖੋਂ ਉਦੋਂ ਲਾਉਂਦਾ ਸੀਗਾ ਅੰਬਰੀ ਉਡਾਰੀਆਂ ਬਾਬੇ ਤੇ ਉਹ ਗੁੱਜਰ ਹੋਰਾਂ ਨਾਲ ਜਦੋਂ ਸੀਗੀਆਂ ਯਾਰੀਆਂ ਉਸੇ ਖੋਇਓ ਦੋ ਲਾਉਂਦਾ ਸੀਗਾ ਅੰਬਰੀ ਉਡਾਰੀਆਂ ਬੜੈਚ ਜਿਹੇ ਯਾਰਾਂ ਨਾਲ ਜਦੋਂ ਸੀਗੀਆਂ ਯਾਰੀਆਂ ਉਹ ਬਾਰਵੀਂ ਦੇ ਵਿੱਚ ਭਾਵੇਂ ਵੱਖ ਹੋ ਗਏ ਪਰ ਲੋੜ ਪੈਣੇ ਉੱਤੇ ਇਕੱਠੇ ਚੱਟ ਹੋ ਗਏ ਜਦੋਂ ਕਦੇ ਅਕੈਡਮੀ ਦੇ ਅੱਗੋਂ ਨੰਗਾ ਗਏ ਉਹ ਰੱਬ ਕੋਲੋਂ ਇਹ ਦਿਨ ਮੇਰ ਮੰਗਾਂਗੇ ਉਹ ਹੁਣ ਜਦੋਂ ਕਦੇ ਅਕੈਡਮੀ ਦੇ ਅੱਗੋਂ ਨੰਗਾਂਗੇ ਉਹ ਮੈਂ ਕਿਹਾ ਰੱਬ ਕੋਲੋਂ ਇਹ ਦਿਨ ਫੇਰ ਮੰਗਾਂਗੇ ਥੈਂਕ ਯੂ ਵੀਰੇ ਵਧੀਆ ਲੱਗਿਆ।